ਸਰਵੇ
ਦੇ ਕੀਤਾ ਜੀ ਤਾਂ ਲੋਕਾਂ ਦਾ ਇਹ ਕਹਿਣਾ ਪਹਿਲਾਂ ਜਿਹੜਾ ਦਲਵੀਰ ਸਿੰਘ ਗੋਲਡੀ ਸੀ ਨਾ ਸੋਰੀ ਹਾਂ ਇਹੀ ਕਿਹਾ ਗਿਆ ਕਿ ਜਿਹੜਾ ਦਲਵੀਰ ਸਿੰਘ ਗੋਲਡੀ ਹੈ ਪਹਿਲਾਂ ਤਾਂ ਉਹਨੇ ਬਹੁਤ ਵਾਅਦੇ ਕੀਤੇ ਪਰ ਨਿਭਾਇਆ ਇੱਕ ਵੀ ਨਹੀਂ ਕਿਤੇ ਵਾਅਦੇ ਵਿੱਚ ਇਹ ਨਾ ਹੋਵੇ ਵੀ ਤੁਸੀਂ ਵੀ ਨਾ ਦੇਖੋ ਦੇਖੋ ਮੈਂ ਧੂਰੀ ਹਲਕੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੈਂਡੀਡੇਟ ਤੁਹਾਡੇ ਕੋਲੇ ਬਹੁਤ ਆਉਣਗੇ ਜੀ ਬਹੁਤ ਤਰ੍ਹਾਂ ਦੇ ਆ ਕੇ ਗੱਲਾਂ ਵੀ ਕਰਨਗੇ ਜੀ ਤੁਹਾਡੇ ਨਾਲ ਨਾਰੇ ਦੇ ਨਾਰੇ ਵੀ ਲਾਉਣਗੇ ਹਰ ਲੀਡਰ ਦੀ ਇੱਕ ਭਰੋਸੇਯੋਗਤਾ ਹੁੰਦੀ ਹੈ ਜੀ ਮੇਰੀ ਜ਼ਿੰਦਗੀ ਦੇ 45 ਸਾਲ ਰਾਜਨੀਤੀ ਨਾਲ ਜੁੜੇ ਹੋਏ ਨੇ ਜੀ ਮੈਨੂੰ ਲੱਗਦਾ ਕਿ ਧੂਰੀ ਹਲਕੇ ਦਾ ਬੱਚਾ ਮੇਰੇ ਤੇ ਭਰੋਸਾ ਕਰਦਾ ਹੈ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਮੈਂ ਸਰੂਰ ਹਲਕੇ ਦੀ ਨੁਮਾਇੰਦਗੀ ਕੀਤੀ ਹੈ ਅੱਜ ਸਰੂਰ ਹਲਕੇ ਵਿੱਚ ਜਿਹੜੇ ਕੰਮ ਕਰਾਏ ਨੇ ਉਹ ਅੱਜ ਇਕੱਲੇ ਧੂਰੀ 'ਚ ਨਹੀਂ ਬੋਲ ਰਹੇ ਪੰਜਾਬ 'ਚ ਬੋਲਦੇ ਨੇ ਇਕੱਲੇ ਸਰੂਰ ਹਲਕੇ ਦੇ ਵਿੱਚ 2 ਆਦਰਸ਼ ਸਕੂਲ ਖੁੱਲ੍ਹੇ ਨੇ ਇੱਕ ਮੈਰੀਟੋਰੀਅਸ ਸਕੂਲ ਖੁੱਲ੍ਹਾ ਹੈ ਭਵਾਨੀਗੜ੍ਹ ਨੂੰ ਸਬ ਡਿਵੀਜ਼ਨ ਦਾ ਦਰਜਾ ਮਿਲਿਆ ਹੈ ਨਗਰ ਕੌਂਸਲ ਭਵਾਨੀਗੜ੍ਹ ਨੂੰ ਅਪਗ੍ਰੇਡ ਕਰਕੇ ਬੀ ਗ੍ਰੇਡ ਦਾ ਦਰਜਾ ਦਵਾਇਆ ਹੈ ਔਰ ਕਮੇਟੀ ਦੀ ਐਕਸਪੈਂਸ਼ਨ ਹੋਈ ਹੈ ਨਵੀਂ ਅਨਾਜ ਮੰਡੀ ਬਣੀ ਹੈ ਨਵੀਂ ਸਬਜ਼ੀ ਮੰਡੀ ਬਣੀ ਹੈ ਔਰ ਇਸ ਤੋਂ ਇਲਾਵਾ ਸਟੇਡੀਅਮ ਬਣਿਆ ਭਵਾਨੀਗੜ੍ਹ ਦੇ ਵਿੱਚ ਜਿਹਦੇ ਵਿੱਚ 30,000 ਟਰਾਲੀ ਤੋਂ ਵੱਧ ਵਰਤਦੀ ਪਈ ਹੈ ਅਤੇ 3 ਕਰੋੜ ਰੁਪਇਆ ਖਰਚ ਹੋਇਆ ਯੋਗਾ ਪੰਜਾਬ 'ਚ ਨਹੀਂ ਬਣਿਆ ਇਕੱਲੇ ਭਵਾਨੀਗੜ੍ਹ 'ਚ ਬਣਿਆ ਸੰਗਰੂਰ ਬੱਸ ਸਟੈਂਡ ਬਣਿਆ ਜਿਹਦੇ 11 ਕਰੋੜ ਰੁਪਇਆ ਖਰਚ ਹੋਇਆ ਭਵਾਨੀਗੜ੍ਹ ਵੀ ਬੱਸ ਸਟੈਂਡ ਬਣਾਇਆ 4.5 ਕਰੋੜ ਰੁਪਇਆ ਲਾ ਕੇ ਇਸੇ ਤਰ੍ਹਾਂ 15 ਕਰੋੜ ਰੁਪਇਆ ਲਾ ਕੇ ਸੰਗਰੂਰ ਸਟੇਡੀਅਮ ਬਣਾਇਆ ਜਿਹੜਾ ਏ ਕਲਾਸ ਸਟੇਡੀਅਮ ਹੈ ਉਹ ਤੋਂ ਇਲਾਵਾ ਜਿਹੜਾ ਹੈ ਡੇਅਰੀ ਟ੍ਰੇਨਿੰਗ ਸੈਂਟਰ ਬਣਾਇਆ ਤਾਂ ਕਿ ਕਿਸਾਨਾਂ ਨੂੰ ਉਸਦਾ ਲਾਭ ਪਹੁੰਚੇ ਔਰ ITI ਨਵੀਂ ਬਣਾਈ ਹੈ SC ਮੂਵਮੈਂਟ ਦੇ ਲਈ ਇੱਥੇ ਫ੍ਰੀ ਐਜੂਕੇਸ਼ਨ ਹੈ ਔਰ ਅੱਜ 3 ਸਕੂਲ ਜਿਹੜੇ ਨੇ ਇਸ ਹਲਕੇ 'ਚ ਬਣਾਏ ਨੇ ਇੱਕ ਆਦਰਸ਼ ਸਕੂਲ ਬਣਾਇਆ ਜਿਹਦੇ ਵਿੱਚ 2500 ਤੋਂ ਜ਼ਿਆਦਾ ਬੱਚਾ ਪੜ੍ਹਦਾ ਦੂਜੇ ਸਕੂਲ 'ਚ 1500 ਪੜ੍ਹਦਾ ਹੈ ਔਰ ਤੀਸਰਾ ਮੈਰੀਟੋਰੀਅਸ ਸਕੂਲ ਜਿਹੜਾ ਹੈ ਉਹਦੇ 1100 ਲੜਕੇ ਅਤੇ ਲੜਕੀਆਂ ਪੜ੍ਹਦੀਆਂ ਨੇ ਇਹ ਸਾਰੀ ਐਜੂਕੇਸ਼ਨ ਬਿਲਕੁਲ ਫ੍ਰੀ ਹੈ ਅਕਾਲੀ ਦਲ ਤੋਂ ਬਿਨਾਂ ਪੰਜਾਬ ਦਾ ਕਦੇ ਵਿਕਾਸ ਹੀ ਨਹੀਂ ਹੋਇਆ ਅਕਾਲੀ ਦਲ ਨੇ ਕਿਸਾਨਾਂ ਲਈ ਕੰਮ ਕੀਤਾ ਅੱਜ ਵੀ ਕਿਸਾਨ ਇਸ ਗੱਲ ਨੂੰ ਯਾਦ ਕਰਦੇ ਨੇ ਕਿ ਜੇ ਕਿਸਾਨੀ ਨੂੰ ਸਰਵਾਈਵ ਕੀਤਾ ਤਾਂ ਉਹ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਉੱਤੇ ਉਹ ਕੀਤਾ ਮੈਂ ਲੰਮਾ ਨਹੀਂ ਸੀ ਕਹਿਣਾ ਚਾਹੁੰਦਾ ਟਰੈਕਟਰ ਨੂੰ ਵੱਡਾ ਅਕਾਲੀ ਦਲ ਦੀ ਸਰਕਾਰ ਸਮੇਂ ਮੰਡੀਕਰਨ ਸਿਸਟਮ ਭਾਵੇਂ ਮੰਡੀਆਂ ਨੋਟੀਫਾਈ ਕੀਤੀਆਂ ਨੇ ਫੋਕਲ ਪੁਆਇੰਟ ਨੇ ਪਰਚੇਸ ਸੈਂਟਰ ਨੇ ਜਿੰਨੇ ਵੀ ਪੰਜਾਬ 'ਚ ਖਾਲ ਅਤੇ ਕੱਸੀਆਂ ਪੱਕੀਆਂ ਹੋਈਆਂ ਉਹਨਾਂ ਵੀ ਅਕਾਲੀ ਦਲ ਦੀ ਸਰਕਾਰ ਸਮੇਂ ਔਰ ਸੁਸਾਇਟੀਆਂ ਪਿੰਡਾਂ 'ਚ ਬਣੀਆਂ ਨੇ ਲਿੰਕ ਸੜਕਾਂ ਬਣੀਆਂ ਨੇ ਮਾਮਲਾ ਮਾਫ ਕੀਤਾ ਪਿੰਡਾਂ 'ਚ ਸੁਸਾਇਟੀਆਂ ਬਣੀਆਂ ਨੇ 24 ਲੱਖ 80 ਹਜ਼ਾਰ ਟਿਊਬਵੈੱਲ ਕਿਸਾਨਾਂ ਨੂੰ ਦਿੱਤਾ ਜਿਹਦੀ ਪਾਵਰ ਫ੍ਰੀ ਹੈ ਔਰ 5,000 ਏਕੜ ਕਿਸਾਨਾਂ ਦੀ ਜ਼ਮੀਨ ਜਿਹੜੀ ਲੈਂਡ ਐਕੁਜੀਸ਼ਨ ਐਕਟ ਦੇ ਅਧੀਨ SYL ਨੇ ਅਕੁਆਇਰ ਕੀਤੀ ਸੀ ਉਹ ਫ੍ਰੀ ਆਫ ਕੋਸਟ ਕਿਸਾਨਾਂ ਨੂੰ ਵਾਪਸ ਕੀਤੀ ਹੈ ਇਸ ਕਰਕੇ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਕੋਈ ਨਕਾਰ ਨਹੀਂ ਸਕਦਾ ਅੱਜ ਪੰਜਾਬ ਦੇ ਅੰਦਰ ਜਿੰਨੀਆਂ ਰੋਡਸ ਨੇ ਜਿੰਨੀਆਂ ਪੁਲ ਬਣੇ ਨੇ ਜਿੰਨੀਆਂ ਯੂਨੀਵਰਸਿਟੀਆਂ ਬਣੀਆਂ ਨੇ ਔਰ ਜਿੰਨਾ ਏਅਰਪੋਰਟ ਬਣੇ ਨੇ ਇਹ ਸਾਰਾ ਕੁਛ ਅਕਾਲੀ ਦਲ ਦੀ ਸਰਕਾਰ ਦੀ ਦੇਣ ਹੈ ਧਾਰਮਿਕ ਤੌਰ 'ਤੇ ਤੁਸੀਂ ਦੇਖੋ ਭਾਵੇਂ ਖਾਲਸਾ ਹੈਰੀਟੇਜ ਹੈ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਹੈ ਵੱਡੇ ਘੱਲੂਘਾਰੇ ਦਾ ਜਿਹੜਾ ਸਮਾਰਕ ਬਣਿਆ ਕੁੱਕੜ ਰੇੜੇ ਦੇ ਵਿੱਚ ਛੋਟੇ ਘੱਲੂਘਾਰੇ ਦਾ ਸਮਾਰਕ ਬਣਿਆ ਕਾਢੂਵਾਲ ਦੇ ਵਿੱਚ ਜੰਗੇ ਆਜ਼ਾਦੀ ਦਾ ਇੱਕ ਸਮਾਰਕ ਬਣਿਆ ਕਰਤਾਰਪੁਰ ਦੇ ਵਿੱਚ 1500 ਕਰੋੜ ਰੁਪਇਆ ਖਰਚ ਕਰਕੇ ਹਰਿਮੰਦਰ ਸਾਹਿਬ ਦਾ ਗਲਿਆਰਾ 2000 ਕਰੋੜ ਰੁਪਇਆ ਖਰਚ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਬਣਿਆ ਔਰ 300 ਕਰੋੜ ਰੁਪਇਆ ਖਰਚ ਕਰਕੇ ਭਗਵਾਨ ਵਾਲਮੀਕ ਜੀ ਦਾ ਰਾਮ ਤੀਰਥ ਸਰੋਵਰ ਬਣਿਆ 200 ਕਰੋੜ ਰੁਪਇਆ ਖਰਚ ਕਰਕੇ ਬੁਰਹਾਨਗੜ੍ਹ ਦੇ ਵਿੱਚ ਗੁਰੂ ਰਵਿਦਾਸ ਜੀ ਦਾ ਜਿਹੜਾ ਤਪ ਸਥਾਨ ਹੈ ਉੱਥੇ ਸਮਾਰਕ ਬਣਿਆ ਮੈਂ ਜੇ ਕੰਮ ਕਰਾਉਣ ਲੱਗਾ ਬਹੁਤ ਟਾਈਮ ਲੱਗਦਾ ਹੈ ਮੁਲਾਜ਼ਮਾਂ ਨੂੰ ਪੁੱਛ ਕੇ ਦੇਖੋ ਜਦੋਂ ਵੀ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਦੋਂ ਵੀ ਮੁਲਾਜ਼ਮ ਰੈਗੂਲਰ ਕਰੇ ਨੇ ਸਪੋਰਟਸ ਨੂੰ ਜਿੰਨਾ ਪ੍ਰਮੋਟ ਅਕਾਲੀ ਦਲ ਨੇ ਕੀਤਾ ਜਿੰਨਾ ਸਪੋਰਟਸ ਵਾਲੇ ਜਿਹੜੇ ਬੱਚੇ ਸੀਗੇ ਸਾਡੇ ਨੌਜਵਾਨ ਜਿੰਨਾ ਬੈਕਲਾਗ ਸੀ ਉਹ ਸਾਰਾ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਨੌਕਰੀਆਂ 'ਚ ਪੂਰਾ ਕੀਤਾ ਕਾਂਸਟੇਬਲ ਤੋਂ ਲੈ ਕੇ DSP ਤੱਕ ਅਸੀਂ ਸਪੋਰਟਸ ਵਾਲੇ ਸਟੂਡੈਂਟਸ ਨੂੰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਔਰ ਦੂਜਾ ਇਹ ਹੈ ਕਿ ਗਰੀਬ ਲੋਕਾਂ ਲਈ ਜਿੰਨੀਆਂ ਸਕੀਮਾਂ ਨੇ ਭਾਵੇਂ ਆਟਾ ਦਾਲ ਸਕੀਮ ਹੈ ਭਾਵੇਂ ਪੈਨਸ਼ਨ ਹੈ ਭਾਵੇਂ ਸਕੋਲਰਸ਼ਿਪ ਹੈ ਔਰ ਜਿਹੜੇ ਭਾਗੋ ਦੇ ਨਾਂ ਦੇ ਉੱਤੇ ਸਾਈਕਲ ਜਿਹੜੇ ਬੱਚਿਆਂ ਨੂੰ ਫ੍ਰੀ ਦੇਣ ਦੀ ਗੱਲ ਸੀ ਕੱਚੇ ਮਕਾਨਾਂ ਨੂੰ ਪੱਕੇ ਕਰਨ ਦੀ ਗੱਲ ਸੀ ਔਰ ਇਹਦੇ ਨਾਲ ਹੀ ਜਿਹੜਾ ਅਗਲਾ ਸਕੋਲਰਸ਼ਿਪ ਤੋਂ ਇਲਾਵਾ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੀ ਗੱਲ ਮੈਡੀਕਲ ਸਹੂਲਤਾਂ ਦੇਣ ਦੀ ਗੱਲ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਨੇ ਕਾਂਗਰਸ ਨੇ ਕਦੇ ਪੰਜਾਬ ਦਾ ਕੁਝ ਨਹੀਂ ਸਵਾਰਿਆ
ਕਾਂਗਰਸ ਤੋਂ ਨਾ ਕੋਈ ਉਮੀਦ ਰੱਖੀ ਜਾ ਸਕਦੀ ਹੈ ਪਰ ਸਭ ਤੋਂ ਵੱਡੀ ਗੱਲ ਜੋ ਅਕਾਲੀ ਦਲ ਦੀ ਗਰੰਟੀ ਹੈ ਵਿਕਾਸ ਦੇ ਨਾਲ ਨਾਲ ਉਹ ਹੈ ਕਿ ਭਾਈਚਾਰਕ ਸਾਂਝ ਦੀ ਕਿ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਰਹੇ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਤਾਂ ਪੰਜਾਬ ਦੇ ਵਿੱਚ ਇਹ ਜਿਹੜਾ ਹੈ ਭਾਈਚਾਰਕ ਸਾਂਝ ਮਜ਼ਬੂਤ ਹੋਈ ਹੈ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਹਮੇਸ਼ਾ ਬੈਟਰ ਰਹੀ ਹੈ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਉਹ ਦਿੱਲੀ ਤੋਂ ਜੋ ਗੱਲਾਂ ਕਰਨੀਆਂ ਚਾਹੁੰਦੇ ਨੇ ਉਹ ਲੋਕਾਂ ਨੂੰ ਸਾਰੀਆਂ ਲੰਘੀਆਂ ਹੋਈਆਂ ਨੇ ਨਾ ਤਾਂ ਕਿਸਾਨਾਂ ਦਾ ਹਿੱਤ ਪੂਰਿਆ ਕੇਜਰੀਵਾਲ ਨੇ ਕਦੇ 2615 ਰੁਪਏ ਕੁਇੰਟਲ ਕਣਕ ਕਹਿੰਦਾ ਸੀ 1700 ਰੁਪਏ ਕੁਇੰਟਲ ਵਿਕੀ ਹੈ ਔਰ ਉਹਦੇ ਨਾਲ ਹੀ ਜਿਹੜਾ ਟਿਊਬਵੈਲ ਨੇ ਉੱਥੇ ਐਗਰੀਕਲਚਰ ਸੈਕਟਰ ਦੇ ਵਿੱਚ ਉਹਨਾਂ ਦੇ ਵੀ 40-40 ਹਜ਼ਾਰ ਰੁਪਏ ਸਾਲ ਦਾ ਬਿੱਲ ਕੇਜਰੀਵਾਲ ਲੈ ਰਹੇ ਹੈ ਪੰਜਾਬ ਦੇ ਵਿੱਚ ਕਿਸਾਨਾਂ ਦੀ ਮਜਬੂਰੀ ਹੈ ਪਰਾਲੀ ਫੂਕਣਾ ਉਸਦੇ ਖਿਲਾਫ਼ ਵੀ ਐਫੀਡੇਵਿਟ ਕੋਰਟ ਦੇ ਵਿੱਚ ਕੇਜਰੀਵਾਲ ਸਰਕਾਰ ਨੇ ਦਿੱਤਾ ਜਿਹੜੇ ਪੰਜਾਬ ਦੇ ਥਰਮਲ ਪਲਾਂਟ ਸੀ ਉਹਨਾਂ ਨੂੰ ਬੰਦ ਕਰਾਉਣ ਵਾਸਤੇ ਵੀ ਐਫੀਡੇਵਿਟ ਜਿਹੜਾ ਹੈ ਉਹ ਕੇਜਰੀਵਾਲ ਸਾਹਿਬ ਨੇ ਦਿੱਤਾ ਪੰਜਾਬ ਦੇ ਪਾਣੀ ਨੂੰ ਹਰਿਆਣਾ ਅਤੇ ਦਿੱਲੀ ਦੇਣਾ ਚਾਹੁੰਦਾ ਹੈ ਇਸ ਕਰਕੇ ਪੰਜਾਬ ਦੇ ਅੰਦਰ ਉਹਦੀ ਕ੍ਰੈਡੀਬਿਲਿਟੀ ਜ਼ੀਰੋ ਹੈ ਕਦੇ ਵੀ ਉਹਨੇ ਪੰਜਾਬ ਦੇ ਹਿੱਤ ਨਹੀਂ ਪੂਰੇ ਇਸ ਕਰਕੇ ਕੇਜਰੀਵਾਲ 'ਤੇ ਭਰੋਸਾ ਨਹੀਂ ਦਿੱਤਾ ਜਾ ਸਕਦਾ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੀ ਸੂਬੇ ਦੀ ਤਰੱਕੀ ਲਈ ਕੰਮ ਕਰ ਸਕਦੀ ਹੈ ਕਿਉਂਕਿ ਬਹੁਤ ਐਸੇ ਇਸ਼ੂ ਨੇ ਜਿਹਦੇ ਨਾਲ ਦੂਜੇ ਸੂਬੇ ਦੇ ਨਾਲ ਤੁਹਾਡੀ ਕੰਟਰੋਵਰਸੀ ਹੋ ਸਕਦੀ ਹੈ ਲੇਕਿਨ ਖੇਤਰੀ ਪਾਰਟੀ ਨੂੰ ਕੇਵਲ ਅਤੇ ਕੇਵਲ ਆਪਣੇ ਸੂਬੇ ਦੇ ਹਿੱਤ ਪਿਆਰੇ ਨੇ ਇਸ ਕਰਕੇ ਪੰਜਾਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਦੇਖਣ ਲੱਗੇ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਜੀ ਗਰਗ ਉਮੀਦ ਕਰਦੇ ਤੁਹਾਨੂੰ ਸਾਡੀ ਇਹ ਅੱਜ ਦੀ ਇੰਟਰਵਿਊ ਜ਼ਰੂਰ ਵਧੀਆ ਲੱਗੀ ਹੋਵੇਗੀ ਤੇ ਬਾਕੀ ਤਾਂ ਹਾਂ ਇਹ ਵੀ ਦੇਖਦੇ ਹਾਂ ਕਿ ਇਹਨਾਂ ਨੇ ਜੋ ਵਾਅਦੇ ਕਹੇ ਨੇ ਇਹ ਪੂਰਨ ਨਿਭਾਉਣਗੇ ਜਾਂ ਫਿਰ ਇਹ ਵੀ ਦੂਜੇ ਲੀਡਰਾਂ ਦੀ ਤਰ੍ਹਾਂ ਰਹਿਣਗੇ ਅਗਲੀ ਵਾਰੀ ਮਿਲਦੇ ਹਾਂ ਕਿਸੇ ਹੋਰ ਨਵੇਂ ਉਮੀਦਵਾਰ ਦੇ ਨਾਲ ਧੰਨਵਾਦ